मोगा जिले के गांव कडाहा वाला गांव के पास कार और ट्रक की टक्कर हो गई। हादसे में कार सवार 5 लोगों की मौके पर ही मौत हो गई, जबकि एक गंभीर रूप से घायल है, जिसका उपचार मोगा अस्पताल में चल रहा है। पुलिस ने बताया कि मृतकों की पहचान नहीं हो पाई है। पुलिस मामले की जांच कर रही है। ਹਾਦਸਾ ਇਹ ਭਾਅ ਜੀ NHI 703B ਕੜਾਇਆ ਵਾਲਾ ਟੋਲ ਪਲਾਜ਼ਾ ਦੇ ਲਾਗੇ ਹੋਇਆ ਜੀ। ਠੀਕ ਹੈ ਜੀ। ਅਤੇ ਕਾਰ ਆ ਜਿਹੜੀ ਉਹ ਰੋਂਗ ਸਾਈਡ ਜਾ ਕੇ ਟਰੱਕ 'ਚ ਵੱਜੀ ਹੈ ਜੀ। ਠੀਕ ਹੈ ਜੀ। ਅਤੇ 5 ਜਣਿਆਂ ਦੀ ਡੈਥ ਹੋਈ ਹੈ ਅਤੇ ਉਹਨਾਂ ਨੂੰ ਲੈ ਕੇ ਮੁੱਕੇ ਆ ਜੀ। ਅਤੇ 5 ਬੰਦੀ ਹੈ ਜਾਂ ਬੱਚਾ? ਜੀ ਬੰਦੀ ਹੈ। ਕਿੰਨੀ ਉਮਰ, ਕਿੰਨੀ ਉਮਰ ਦੇ ਲੱਗਦੇ ਦੇਖਣ ਨੂੰ? ਉਮਰ 27-28 ਸਾਲ ਦੇ ਏੜ ਗੇੜ ਹੋਏ। ਇਹ ਗੱਡੀ ਦੇ ਬੰਦੇ ਸੀਗੇ ਜਾਂ ਕਿਸੇ ਟਰੱਕ? ਨਹੀਂ, ਗੱਡੀ ਕਾਰ 'ਚ ਸੀਗੇ ਵਰਨਾ। ਅਤੇ ਦੇਖਣ 'ਤੇ ਟਰੱਕ ਸਾਈਡ 'ਤੇ ਖੜਾ ਸੀ? ਸਾਈਡ 'ਤੇ, ਟਰੱਕ ਆਪਦੀ ਸਾਈਡ 'ਤੇ। ਇਹ ਇਹਨਾਂ ਦੀ ਸਥਿਤੀ ਕਿੱਥੋਂ ਆ ਰਹੇ ਸੀ, ਕਿਹੜੀ ਸਾਈਡ ਤੋਂ ਆ ਰਹੇ ਸੀ? ਰੋਂਗ ਸਾਈਡ। ਇਹ ਮੋਗੇ ਤੋਂ ਅੰਮ੍ਰਿਤਸਰ ਜਾ ਰਹੇ ਸੀ। ਅੱਛਾ ਜੀ। ਅਤੇ ਜਿਹੜਾ ਟਰੱਕ ਹੈ ਉਹ ਅੰਮ੍ਰਿਤਸਰ ਤੋਂ ਮੋਗੇ ਨੂੰ ਆ ਰਿਹਾ ਸੀ। ਹੁਣ ਤੁਸੀਂ ਕਿੱਥੇ ਲੈ ਕੇ ਆਏ? ਹੁਣ ਮੋਗਾ ਸਿਵਲ।